ਆ ਪਿੱਛੇ ਜਿਹੜੇ ਬਾਈ ਨੇ ਗੱਲ ਕੀਤੀ ਆ ਚਿੱਟੇ ਦੀ, ਕਹਿੰਦਾ ਵੀ ਚਿੱਟਾ ਸਾਰੇ ਪਿੰਡ ਹੈ ਨਾ ਇੰਨਾ ਦੇਖਦਾ ਹੈ। ਅਡਾਨੀ ਜਿਹੜਾ ਪੋਰਟ ਹੈ ਅਡਾਨੀ ਦੇ ਕੋਲੇ ਆ, ਮੋਦੀ ਦਾ ਬੇਲੀ ਆ, ਰਾਹੁਲ ਦਾ ਵੀ ਬੇਲੀ ਹੈ ਬੰਦਾ, ਕੱਲੇ ਮੋਦੀ ਦਾ ਨਹੀਂ। ਇਹਦੇ ਤੋਂ 75 ਮਨ ਚਿੱਟਾ ਫੜਿਆ ਗਿਆ, ਕੰਟੇਨਰ ਫੜੇ ਗਏ। ਤੇ ਜੇ ਬਾਰਡਰ ਤੋਂ ਆਪਣੇ ਬੰਦੇ ਨੇ ਜੇ ਕਿਸੇ ਨੇ ਬਾਹਰ ਜਾਣਾ ਨਾ, ਇੱਕ ਜਾਂਦੇ ਦੀ ਕੁੜੀ ਨਹੀਂ ਡਰਦੀ। ਤੇ ਇਹ ਕੰਟੇਨਰ ਭਰਿਆ ਡੱਬਾ ਗਿਆ 3 ਟਨ ਚਿੱਟਾ। ਅਡਾਨੀ ਅੱਗੋਂ ਸਫਾਈ ਦਿੰਦਾ ਹੈ, ਅੱਗੇ ਦੇ ਤੇ ਟੈਲਕਾਮ ਪਾਊਡਰ ਸੀਗਾ ਆਪਣਾ ਸਰਫ ਬਣਾਉਣ ਵਾਲਾ, ਵੀ ਭਾਈ 75 ਮਨ ਚਿੱਟਾ ਤੁਹਾਡੇ ਏਅਰਪੋਰਟ ਤੇ ਆ ਜਾਂਦਾ ਹੈ ਤੇ ਤੁਸੀਂ ਕਹਿੰਦੇ ਹੋ ਨਾ ਟੈਲਕਾਮ ਪਾਊਡਰ, ਇੱਥੇ ਆ ਕੇ ਕਾਮ ਫੜਿਆ ਜਾਂਦਾ ਚਿੱਟਾ, ਉਸ ਵੇਲੇ ਨਾਲ ਦੀ ਨਾਲ ਫੜ ਕੇ ਉਹਨੂੰ ਥਾਣੇ ਤੋਂ ਦਿੰਦੇ ਆ। ਜਿਹੜੇ ਬੀਜੇਪੀ ਦੇ ਹੰਕਾਰੇ ਮੰਤਰੀ ਹੈ ਤੁਹਾਨੂੰ ਪਤਾ ਕਿਹੋ ਜਿਹੇ ਬਿਆਨ ਦਿੰਦੇ ਆ, ਇੱਕ ਆਪਣਾ ਇੱਧਰ ਬੈਠਾ ਹਰਦੀਪ ਗਰੇਵਾਲ, ਉਹ ਕਿਹੋ ਜਿਹੇ ਬਿਆਨ ਦਿੰਦਾ ਹੈ, ਕਹਿੰਦਾ ਉੱਥੇ ਨਾ ਨਸ਼ੇ ਕਰਦੇ ਆ, ਆਹ ਤੁਹਾਡਾ ਫੁੱਫੜ ਜਿਹੜਾ ਇੰਨੇ ਲੈ ਕੇ ਆਇਆ 3 ਟਨ ਚਿੱਟਾ ਲੈ ਆਇਆ, ਭਾਈ ਇਹਨੂੰ ਤੁਸੀਂ ਦਾਜ 'ਚ ਰੱਖਣ ਵਾਸਤੇ ਮੰਗਾਇਆ ਸੀ। 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਮਜ਼ਦੂਰ ਸਾਰੇ ਸੰਘਰਸ਼ ਕਰ ਰਹੇ ਹਾਂ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਅਜੇ ਤੱਕ ਇਸ ਤੇ ਕੋਈ ਗੌਰ ਨਹੀਂ ਕੀਤਾ ਗਿਆ, ਸਗੋਂ ਸਮੇਂ ਦੀਆਂ ਸਰਕਾਰਾਂ ਇਹਨਾਂ ਕਾਨੂੰਨਾਂ ਦੇ ਗੋਲ ਦੱਸ ਰਹੀਆਂ ਨੇ। 650 ਦੇ ਕਰੀਬ ਸ਼ਹੀਦੀਆਂ ਹੋ ਗਈਆਂ ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਇਹ ਕਾਨੂੰਨ ਚੰਗੇ ਆ, ਬਈ ਸਾਰਿਆਂ ਨੂੰ ਪਤਾ ਚੰਗੇ ਕਿਹੜੇ ਪਾਸੇ ਹੋਣਗੇ। ਆ ਪਿੱਛੇ ਜੇ ਬਾਈ ਨੇ ਗੱਲ ਕੀਤੀ ਆ ਚਿੱਟੇ ਦੀ, ਕਹਿੰਦਾ ਵੀ ਚਿੱਟਾ ਸਾਰੇ ਪਿੰਡ ਹੈ ਨਾ ਇੰਨਾ ਦੇਖਦਾ ਹੈ। ਅਡਾਨੀ ਜਿਹੜਾ ਪੋਰਟ ਹੈ ਅਡਾਨੀ ਦੇ ਕੋਲੇ ਆ, ਮੋਦੀ ਦਾ ਬੇਲੀ ਆ, ਰਾਹੁਲ ਦਾ ਵੀ ਬੇਲੀ ਹੈ ਬੰਦਾ, ਕੱਲੇ ਮੋਦੀ ਦਾ ਨਹੀਂ। ਇਹਦੇ ਤੋਂ 75 ਮਨ ਚਿੱਟਾ ਫੜਿਆ ਗਿਆ, ਕੰਟੇਨਰ ਫੜੇ ਗਏ। ਤੇ ਜੇ ਬਾਰਡਰ ਤੋਂ ਆਪਣੇ ਬੰਦੇ ਨੇ ਜੇ ਕਿਸੇ ਨੇ ਬਾਹਰ ਜਾਣਾ ਨਾ, ਇੱਕ ਜਾਂਦੇ ਦੀ ਕੁੜੀ ਨਹੀਂ ਡਰਦੀ। ਤੇ ਇਹ ਕੰਟੇਨਰ ਭਰਿਆ ਡੱਬਾ ਗਿਆ 3 ਟਨ ਚਿੱਟਾ। ਕਹਿੰਦੇ ਕੀ ਸੀ ਇਹਦੇ ਚ? ਅਡਾਨੀ ਅੱਗੋਂ ਸਫਾਈ ਦਿੰਦਾ, ਅੱਗੇ ਦੇ ਤੇ ਟੈਲਕਾਮ ਪਾਊਡਰ ਸੀਗਾ ਆਪਣਾ ਸਰਫ ਬਣਾਉਣ ਵਾਲਾ, ਵੀ ਭਾਈ 75 ਮਨ ਚਿੱਟਾ ਤੁਹਾਡੇ ਏਅਰਪੋਰਟ ਤੇ ਆ ਜਾਂਦਾ ਹੈ ਤੇ ਤੁਸੀਂ ਕਹਿੰਦੇ ਹੋ ਨਾ ਟੈਲਕਾਮ ਪਾਊਡਰ, ਇੱਥੇ ਆ ਕੇ ਕਾਮ ਫੜਿਆ ਜਾਂਦਾ ਚਿੱਟਾ, ਉਸ ਵੇਲੇ ਨਾਲ ਦੀ ਨਾਲ ਫੜ ਕੇ ਉਹਨੂੰ ਥਾਣੇ ਤੋਂ ਦਿੰਦੇ ਆ, ਜਵਾਬ ਕਰਾਉਣੀ ਮੁਸ਼ਕਲ ਹੋ ਜਾਂਦੀ ਹੈ। ਤੇ ਨਾਲ ਦੀ ਨਾਲ ਜੇ ਕਿਸੇ ਦੇ ਵਹੀਕਲ ਫੜਿਆ ਜਾਂਦਾ, ਕੋਈ ਆਖਦੇ ਭਾਈ ਇਹ ਮੇਰਾ ਵਹੀਕਲ ਮੰਗ ਕੇ ਲਿਆ, ਉਹਨੂੰ ਵੀ ਥਾਣੇ ਤੋਂ ਦਿੰਦੇ ਆ, ਥਾਣੇ ਬੰਦ ਕਰ ਦਿੰਦੇ ਆ। ਤੇ ਅਡਾਨੀ ਤੋਂ ਯਾਰ ਇੰਨਾ ਵੱਡਾ ਉਹਦੇ ਤੋਂ 3 ਟਨ ਚਿੱਟਾ ਫੜਿਆ ਗਿਆ ਤੇ ਉਹਦੀ ਕੋਈ ਜਵਾਬਦੇਹੀ ਨਹੀਂ, ਉਹਨੇ ਸੱਸ ਕੇ ਇਹੀ ਕਹਿੰਦਾ, ਕਿਉਂਕਿ ਕਹਿੰਦਾ ਮੇਰਾ ਤਾਂ ਪੋਰਟ ਦਾ ਕਹਿੰਦਾ ਨਿਯੰਤਰਣ ਹੈ, ਸੰਭਾਲ ਦਾ ਹੀ ਆ, ਸੰਭਾਲਣਾ ਕਿਵੇਂ ਆ ਸਰਕਾਰ ਨੇ ਆ, ਕਿਸਾਨ ਅੰਦੋਲਨ ਨੂੰ ਆਪਣੇ ਨੂੰ ਬਦਨਾਮ ਕਰਦੇ ਆ ਇਹ, ਉੱਥੇ ਕਹਿੰਦੇ ਇਹ ਜਿਹੜੇ ਜੱਟ ਹੈ ਹੰਗਾਰੇ ਆ, ਇੱਥੇ ਆ ਕੇ ਨਸ਼ਾ ਕਰਦੇ ਆ ਤਾਂ ਬੈਠੇ ਆ ਆ ਨਿਲ ਵਿੱਚ ਆ ਕੇ। ਜਿਹੜੇ ਬੀਜੇਪੀ ਦੇ ਹੰਗਾਰੇ ਮੰਤਰੀ ਹੈ ਤੁਹਾਨੂੰ ਪਤਾ ਕਿਹੋ ਜਿਹੇ ਬਿਆਨ ਦਿੰਦੇ ਆ, ਇੱਕ ਆਪਣਾ ਇੱਧਰ ਬੈਠਾ ਹਰਦੀਪ ਗਰੇਵਾਲ, ਉਹ ਕਿਹੋ ਜਿਹੇ ਬਿਆਨ ਦਿੰਦਾ ਹੈ, ਕਹਿੰਦਾ ਉੱਥੇ ਨਾ ਨਸ਼ੇ ਕਰਦੇ ਆ, ਆਹ ਤੁਹਾਡਾ ਫੁੱਫੜ ਜਿਹੜਾ ਇੰਨੇ ਲੈ ਕੇ ਆਇਆ 3 ਟਨ ਚਿੱਟਾ ਲੈ ਆਇਆ, ਭਾਈ ਇਹਨੂੰ ਤੁਸੀਂ ਦਾਜ 'ਚ ਰੱਖਣ ਵਾਸਤੇ ਮੰਗਾਇਆ ਸੀ, ਸਾਨੂੰ ਇਹਦਾ ਵੀ ਜਵਾਬ ਦੇ ਦਿਓ, ਸਾਡੇ ਭਰਾ ਉੱਥੇ ਸ਼ਹੀਦ ਹੋਈ ਜਾਂਦੇ ਆ, ਧੁੱਪ ਵੀ ਉਹਨਾਂ ਨੇ ਹੰਢਾਈ ਆਪਦੇ ਪਿੰਡੇ ਦੇ, ਉਹਨਾਂ ਨੇ ਠੰਡ ਵੀ ਹੰਢਾਈ ਆ, ਤੇ ਤੁਸੀਂ ਅਡਾਨੀ ਦਾ ਇਹਨਾਂ ਦਾ ਕੁਛ ਕਰੋ ਯਾਰ, 3 ਟਨ ਚਿੱਟਾ ਲੈ ਕੇ ਆ ਗਿਆ ਕੰਟੇਨਰ 'ਚ, ਦੋਨੋਂ ਦੇ ਚੱਲਦੇ ਆ ਲਗਾਤਾਰ, ਇਸ ਦੇ ਸ਼ਾਸਤ ਹੁੰਦੀ ਰਹੀ ਹੈ ਇਸ ਨੂੰ। ਜੇ ਤੁਸੀਂ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਿੰਨੀ ਵਾਲੇ ਲੋਕ ਇਹਨਾਂ ਲੋਕਾਂ ਦਾ ਵਿਰੋਧ ਕਰਦੇ ਹਾਂ, ਤਾਂ ਇਹ ਪਤਾ ਕੀ ਟੈਗ ਲਾਉਂਦੇ ਆ, ਜੇ ਗਾਲੀਆਂ ਦਾ ਕਰੀਏ ਤਾਂ ਇਹ ਆਖ ਦੇਣਗੇ ਕਾਂਗਰਸ ਦੀਆਂ ਨਹੀਂ ਕਰਵਾਤਾ, ਜੇ ਕਾਂਗਰਸ ਦੀਆਂ ਕਰੀਏ ਆਪ ਇਹਨਾਂ ਨੇ ਕਰਵਾਤਾ। ਇਸ ਤਰੀਕੇ ਦੇ ਨਾਲ ਅੰਦੋਲਨ ਨੂੰ ਹਰ ਇਹਨਾਂ ਨੂੰ ਪਾਰਟੀ ਵੱਲੋਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸ਼ਾਂਤਮਈ ਅੰਦੋਲਨ ਚੱਲ ਰਿਹਾ ਆਪਣਾ ਬੜੇ ਟਾਈਮ ਤੋਂ, ਤੇ ਇਹਨਾਂ ਵੱਲੋਂ ਹਰ ਹੀਲਾ ਵਰਤਿਆ ਗਿਆ ਅੰਦੋਲਨ ਨੂੰ ਆਪਾਂ ਕਿਵੇਂ ਨਾ ਕਿਵੇਂ ਬਦਨਾਮ ਕਰੀਏ। ਸੋ ਵੀਰੋ ਆਪਾਂ ਸਾਰੇ ਅੱਜ ਇਸ ਕਰਕੇ ਇਕੱਠੇ ਹੋਏ ਹਾਂ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਆਪਾਂ ਨੁਮਾਇੰਦੇ ਚੁਣ ਕੇ ਉਹ ਸੰਸਦ ਦੇ ਵਿੱਚ ਭੇਜਿਆ ਸੀ ਆਪਾਂ ਆਪਣੀ ਗੱਲ ਰੱਖਣ ਵਾਸਤੇ, ਉਹ ਆਪਣੀ ਗੱਲ ਰੱਖਣ ਜੋਗੇ ਨਹੀਂ ਰਹੇ, ਹੁਣ ਉਹ ਸਿਰਫ ਆਪਦੇ ਬਾਰੇ ਸੋਚਣ ਲੱਗ ਗਏ। ਕਹਿਣ ਨੂੰ ਲੋਕਤੰਤਰ ਹੈ, ਕਹਿਣ ਨੂੰ ਇਹ ਲੋਕਤੰਤਰ ਹੈ, ਲੋਕਾਂ ਦੀ ਸਰਕਾਰ ਹੈ, ਪਰ ਨਹੀਂ ਇਹ ਠੋਕ ਤੰਤਰ ਬਣ ਗਿਆ, ਇਹ ਕਮਾਈ ਤੰਤਰ ਬਣ ਗਿਆ ਇਹਨਾਂ ਵਾਸਤੇ, ਇਹਨਾਂ ਵਾਸਤੇ ਕਮਾਈ ਤੰਤਰ ਹੈ, ਜਿੱਥੋਂ ਇਹਨਾਂ ਨੂੰ ਕਮਾਈ ਮਿਲੂਗੀ ਇਹਨਾਂ ਨੇ ਉੱਥੇ ਉਹੀ ਕਾਨੂੰਨ ਬਣਾਉਣੇ ਆ। ਇਹ ਕਾਨੂੰਨ ਸਿਰਫ ਪੇਸ਼ ਕਰਕੇ ਲਿਆ ਕੇ ਗਏ ਆ,
क्योंकि कारपोरेट घराने नूं फायदा पहुंचाया जाए ते जिहड़ा जित्थों आपां अपनी रोजी कमाउंदे आ जिथे अपने मजदूर खेत मजदूर अपने कोले आउंदे आ सारा दा अपना रिश्ता है ते उहनां नूं तोड़ना चाहुंदे आ उत्थे इह ठेकेदारी सिस्टम लिया के आपदे जिहड़े पहिलां ही इन्होंने पोर्ट तैयार करवा ले सारे अडानियां अंबानियां कोले पोर्ट आ जे समुद्र दे तटां ते तुसीं देखोगे तां समुद्र के किनारे से जिन्हें भी पोर्ट बने हैं इन्हों के कब्जे च है ये इतों माल तैयार करके बारहवें मुल्क भेजन गए आप सारे दिहाड़ी करने जोगे भी नहीं रहने भरा मेरे हो सो सारे तुम जाति सुनी आ रहे हो।